ਪਨਗਰੇਨ ਦੀ ਸੋਧ ਪਾਲਿਸੀ ਤੇ ਹਾਈ ਕੋਰਟ ਦਾ ਵੱਡਾ ਫੈਸਲਾ ਸਾਹਮਣੇ ਆਇਆ। ਦੱਸਦੀ ਹੈ ਕਿ ਹਾਈ ਕੋਰਟ ਨੇ ਪਾਲਿਸੀ ਤੇ ਲਗਾਇਆ ਸਟੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ ਹੋਈ ਹੈ ਤੇ 26 ਅਗਸਤ ਨੂੰ ਪਨਗਰੇਨ ਦੀ ਪਾਲਿਸੀ 'ਚ ਹੋਈ ਸੀ ਸੋਧ ਤੇ 3 ਮਹੀਨੇ 'ਚ ਜਿਹੜੀ ਸੀ ਪਾਲਿਸੀ ਸੀ ਉਸ ਦੇ ਚੱਲਦੇ ਟੈਂਡਰ ਰੱਦ ਹੋਏ ਸਨ ਤੇ ਪਾਲਿਸੀ ਤਹਿਤ ਟੈਂਡਰਾਂ ਲਈ ਵਾਹਨਾਂ ਤੇ GPS ਲਗਾਉਣਾ ਵੀ ਲਾਜ਼ਮੀ ਸੀ। ਸੋ ਪਾਲਿਸੀ ਚੰਗੀ ਅਗਲੇ ਸਾਲ ਲਿਆਂਦੀ ਜਾ ਸਕਦੀ ਹੈ ਮਾਣਯੋਗ ਕੋਰਟ ਦੁਆਰਾ ਇਹ ਕਹਿਣਾ ਅਤੇ ਖਾਸ ਤੌਰ 'ਤੇ ਜੇਕਰ ਗੱਲ ਕੀਤੀ ਜਾਏ ਤਾਂ ਹੁਣ ਚੱਲ ਰਹੇ ਕੰਮ ਨੂੰ ਰੋਕਣਾ ਸਹੀ ਨਹੀਂ ਹੈ ਇਹ ਵੀ ਕਿਹਾ ਮਾਣਯੋਗ ਕੋਰਟ ਨੇ। ਸੋ ਦੱਸ ਦਈਏ ਕਿ ਪਨਗਰੇਨ ਦੀ ਸੋਧ ਪਾਲਿਸੀ 'ਤੇ ਹਾਈ ਕੋਰਟ ਦਾ ਫੈਸਲਾ ਸਾਹਮਣੇ ਆਇਆ। ਹਾਈ ਕੋਰਟ ਨੇ ਪਾਲਿਸੀ 'ਤੇ ਸਟੇ ਲਗਾਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ ਹੋਈ ਹੈ। 26 ਅਗਸਤ ਨੂੰ ਪਨਗਰੇਨ ਦੀ ਪਾਲਿਸੀ ਦੇ ਵਿੱਚ ਸੋਧ ਹੋਈ ਸੀ। 3 ਮਹੀਨੇ ਲਈ ਪਾਲਿਸੀ ਸੀ ਇਹ ਅਤੇ ਚੱਲਦੇ ਟੈਂਡਰ ਰੱਦ ਹੋਏ ਸਨ ਅਤੇ ਪਾਲਿਸੀ ਤਹਿਤ ਟੈਂਡਰਾਂ ਲਈ ਵਾਹਨਾਂ 'ਤੇ GPS ਲਗਾਉਣਾ ਲਾਜ਼ਮੀ ਸੀ। ਕਿ ਅਗਰ ਇੰਨਾ ਹੀ ਸੀਗਾ ਸਰਕਾਰ ਨੂੰ ਕੰਸਰਨ ਕਿ ਉਸ 'ਚ GPS ਲਗਾਉਣਾ ਹੈ, ਇਹਨਾਂ ਨੇ ਆਪ ਵੈਬਸਾਈਟ 'ਤੇ ਇੱਕ ਏਜੰਸੀ ਇੰਗੇਜ ਕੀਤੀ ਹੈ, ਉਸਦੀ ਡਿਊਟੀ ਬਣਦੀ ਹੈ ਉਹਦੇ 'ਚ GPS ਲਗਾ ਦੇ। ਅਸੀਂ ਇਹ ਵੀ ਸਟੇਟਮੈਂਟ ਦਿੱਤੀ ਜਿਹੜੇ ਕੰਟਰੈਕਟਰਸ ਨੇ ਅੱਜ ਰਿਟ ਫਾਈਲ ਕੀਤੀ ਕਿ ਅਸੀਂ ਆਪਣੀ ਕੋਸਟ 'ਤੇ ਵੀ ਲਗਾ ਲਾਂਗੇ, ਪਰ ਇਸ ਕਰਕੇ ਔਨਗੋਇੰਗ ਕੰਟਰੈਕਟਸ ਨੂੰ ਕੈਂਸਲ ਕਰਨਾ ਆਰਬਿਟਰੀ ਇਲੀਗਲ ਹੀ ਨਹੀਂ, ਇਹ ਸਰਕਾਰ ਮੈਲਾਫਾਈਡੀ ਐਕਸ਼ਨ ਹੈਗਾ। ਔਰ ਓਵਰਨਾਈਟ ਇਸ ਤਰ੍ਹਾਂ ਕਰਨਾ ਕਿ ਜਿਵੇਂ ਪਤਾ ਨਹੀਂ ਇੰਨੀ ਜਲਦੀ ਹੈ, 26 ਨੂੰ ਹੀ ਸਾਰਾ ਕੁਝ ਕਰਕੇ 27 ਨੂੰ ਟੈਂਡਰ ਕਾਲ ਕਰ ਲਿਆ, ਇਹ ਸਾਰੀ ਗੱਲਾਂ ਔਰ ਲੀਗਲ ਆਰਗੂਮੈਂਟਸ ਅੱਜ ਅਸੀਂ ਬਿਫੋਰ ਦੀ ਫਸਟ DB ਰੱਖੀ। ਜਦ ਕੋਰਟ ਨੇ ਸਟੇ ਕਰਨ ਦੇ ਵਾਸਤੇ ਕਿਹਾ ਕਿ ਦੈਨ ਉਹਨਾਂ ਨੇ ਪਹਿਲਾਂ ਤਾਂ ਸਟੇਟਮੈਂਟ ਦਿੱਤੀ ਕਿ ਅਸੀਂ ਸਟੇਟਸ ਕੋ ਰੱਖਾਂਗੇ, ਪਰ ਕੋਰਟ ਨੇ ਪਾਸ ਕਰਦੇ ਹੋਏ ਇਹ ਵੀ ਆਰਡਰ ਸਟੇ ਕਰਤਿਆ ਕਿ ਕਿਸੇ ਦਾ ਕੋਈ ਥਰਡ ਪਾਰਟੀ ਰਾਈਟਸ ਵਗੈਰਾ ਨਹੀਂ ਕ੍ਰੀਏਟ ਕੀਤਾ ਜਾਏਗਾ। ਕੋਰਟ ਹੈਜ਼ ਕਮ ਵੈਰੀ ਹੈਵੀਲੀ ਕਿ ਜਿਸ ਤਰ੍ਹਾਂ ਦਾ ਤੁਸੀਂ ਇਹ ਪਾਲਿਸੀ ਲਗਾ ਲੈ ਕੇ ਆਉਣਾ ਚਾਹੁੰਦੇ ਹੋ, ਅਗਰ ਇਹ ਬਹੁਤ ਅੱਛੀ ਪਾਲਿਸੀ ਹੈ ਤਾਂ ਤੁਸੀਂ ਅਗਲੇ ਸਾਲ ਲਿਆਓ। ਤੁਸੀਂ ਔਨਗੋਇੰਗ ਜਿਹੜਾ ਕੰਟਰੈਕਟ ਹੈ ਉਹਦੀ ਕਲੋਜ਼ ਆਟੋਮੈਟਿਕਲੀ ਕੈਂਸਲ ਕਰਕੇ ਬਿਲਕੁਲ ਡਿਫਰੈਂਟ ਪਾਲਿਸੀ ਲਿਆ ਕੇ ਔਰ ਨਵੇਂ ਕਲੱਸਟਰ ਬਣਾ ਕੇ ਤੁਸੀਂ ਜਿਹੜਾ ਲਿਆਉਣਾ ਚਾਹੁੰਦੇ ਹੋ, ਟੋਟਲੀ ਔਨ ਦੀ ਫੇਸ ਆਫ ਇਟ ਇਲੀਗਲ।